ਅਕਾਲੀ ਦਲ ਟਕਸਾਲੀ ਬੀਬੀ ਪਰਮਜੀਤ ਕੌਰ ਖਾਲੜਾ ਕਾ ਸਾਥ ਦੇ ਰਹੇ ਹੈ, ਨਾ ਕਿ ਸੁਖਪਾਲ ਸਿੰਘ ਖਹਿਰਾ ਕਾ, ਕਿਉਂਕਿ ਬੀਬੀ ਖਾਲੜਾ ਕੇ ਪਤੀ ਜਸਵੰਤ ਸਿੰਘ ਖਾਲੜਾ ਕੀ ਕੌਮ ਕੇ ਲਈ ਕੁਰਬਾਨੀ ਕਾਫੀ ਬੜੀ ਕੁਰਬਾਨੀ ਹੈ, ਜਿਸ ਕੋ ਕਭੀ ਭੁਲਾਇਆ ਨਹੀਂ ਜਾ ਸਕਤਾ ਹੈ। ਇਹ ਕਹਿਣਾ ਹੈ ਅਕਾਲੀ ਦਲ ਟਕਸਾਲੀ ਕੇ ਨੇਤਾ ਸੇਵਾ ਸਿੰਘ ਸੇਖਵਾਂ ਕਾ। ਸੇਵਾ ਸਿੰਘ ਸੇਖਵਾਂ ਦੁਆਰਾ ਬਟਾਲਾ ਮੇਂ ਪ੍ਰੈਸ ਵਾਰਤਾ ਕੀ ਗਈ, ਜਿਸ ਮੇਂ ਉਨ੍ਹੋਂਨੇ ਕਿਹਾ ਕਿ ਟਕਸਾਲੀ ਅਕਾਲੀ ਪਾਰਟੀ ਨੇ ਬੀਬੀ ਖਾਲੜਾ ਕਾ ਸਾਥ ਦੇਣੇ ਕੇ ਲੀਏ ਆਪਣੇ ਉਮੀਦਵਾਰ ਜੇ ਸਿੰਘ ਕੋ ਬੀਬੀ ਖਾਲੜਾ ਕੇ ਹੱਕ ਮੇਂ ਬਿਠਾ ਦਿਆ ਹੈ। ਵਹੀਂ ਸੇਖਵਾਂ ਨੇ ਜਗਮੀਤ ਸਿੰਘ ਬਰਾੜ ਦੁਆਰਾ ਅਕਾਲੀ ਦਲ ਮੇਂ ਸ਼ਾਮਿਲ ਹੋਣੇ ਪਰ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਰਾੜ ਨੇ ਕਈ ਪਾਰਟੀਆਂ ਬਦਲੀ ਹੈ ਔਰ ਅਬ ਉਸੀ ਪਾਰਟੀ ਮੇਂ ਸ਼ਾਮਿਲ ਹੋ ਰਹੇ ਹੈ ਜਿਸਕੇ ਨੇਤਾਓਂ ਕੋ ਵਹਿ ਆਪਣੇ ਪਿਤਾ ਕਾ ਕਾਤਿਲ ਬਤਾਤੇ ਰਹੇ ਹੈ। ਜਗਮੀਤ ਬਰਾੜ ਜੀ, ਅੱਜ ਮੈਨੂੰ ਮੈਂ ਵੀ ਅਖਬਾਰ ਵਿੱਚ ਪੜ੍ਹਿਆ ਕਿ ਉਹ ਸ਼੍ਰੋਮਣੀ ਅਕਾਲੀ ਦਲ ਜੁਆਇਨ ਕਰ ਰਹੇ ਆ, ਬੜੀ ਹੈਰਾਨਗੀ ਹੋਈ ਆ। ਲੇਕਿਨ ਕਈ ਵਾਰੀ ਸੋਚਦੇ ਹਾਂ, ਹੈਰਾਨਗੀ ਵਾਲੀਆਂ ਗੱਲਾਂ ਵੀ ਹੁੰਦੀਆਂ ਪਰ ਕਈ ਗੱਲਾਂ ਇੱਦਾਂ ਹੁੰਦੀਆਂ ਜਿਵੇਂ ਬੰਦੇ ਦਾ ਪਹਿਲਾਂ ਹੀ ਕੋਈ ਮਨ ਬਣਿਆ ਹੁੰਦਾ। ਬਰਾੜ ਸਾਹਿਬ ਨੇ ਕਈ ਪਾਰਟੀਆਂ ਬਦਲੀਆਂ, ਇੱਕ ਨਹੀਂ, ਉਹ ਅੱਜ ਅਕਾਲੀ ਦਲ 'ਚ ਨਹੀਂ ਗਏ, ਉਹ ਕਾਂਗਰਸ ਪਾਰਟੀ 'ਚ ਆਏ। ਪਹਿਲਾਂ ਅਕਾਲੀ ਦਲ 'ਚ ਸੀਗੇ, ਫਿਰ ਕਾਂਗਰਸ 'ਚ ਗਏ, ਫਿਰ ਉਹਨਾਂ ਤਿਵਾੜੀ ਕਾਂਗਰਸ ਬਣਾ ਲਈ, ਫਿਰ ਉਹਨਾਂ ਨੇ ਥੋੜ੍ਹਾ ਜਿਹਾ ਚਿਰ ਆਪ 'ਚ ਵੀ ਕੰਮ ਕੀਤਾ, ਫਿਰ ਤਰਮੂਲ ਕਾਂਗਰਸ 'ਚ ਚਲੇ ਗਏ, ਫਿਰ ਉਹ ਹੁਣ ਕਾਂਗਰਸ 'ਚ ਜਾਣਾ ਚਾਹੁੰਦੇ ਸੀ, ਟਿਕਟ ਮੰਗੀ ਆ, ਨਹੀਂ ਮਿਲੀ, ਹੁਣ ਉਹ ਅਕਾਲੀ ਦਲ 'ਚ ਆ ਗਏ ਨੇ। ਸੋ ਐਸਾ ਜਿਹੜੇ ਰਿਵਾਜ ਨੇ, ਐਸੀ ਜਿਹੜੀ ਕਾਰਵਾਈ ਆ ਨਾ, ਉਹ ਲੋਕਾਂ ਨੂੰ ਦਿਸ਼ਾਹੀਣ ਕਰਦੀ ਆ ਕਿ ਲੋਕ ਕਿਹਨੂੰ ਲੀਡਰ ਮੰਨਣ, ਕਿਹੜੀ ਪਾਰਟੀ ਨੂੰ ਮੰਨਣ। ਜਦੋਂ ਪਾਰਟੀ ਜਿਹੜੀ ਆ, ਇੱਕ ਪਾਰਟੀ ਨਾਲ ਕਈਆਂ ਪਾਰਟੀਆਂ 'ਚ ਜਾਣ ਦਾ ਪ੍ਰੋਗਰਾਮ ਹੋਵੇ, ਫਿਰ ਮੈਂ ਇਹ ਗੱਲ ਬਰਾੜ ਸਾਹਿਬ ਨੂੰ ਕਹਾਂਗਾ। ਮੈਂ ਉਹਨਾਂ ਨੂੰ ਆਪ ਸੁਣਿਆ, ਉਹਨਾਂ ਦੇ ਭਾਸ਼ਣ ਸੁਣੇ ਨੇ। ਉਹ ਭਾਸ਼ਣ 'ਚ ਬਾਦਲ ਪਰਿਵਾਰ ਬਾਰੇ ਇੱਕ ਗੱਲ ਕਹਿੰਦੇ ਹੁੰਦੇ ਸੀ ਕਿ ਇਹ ਮੇਰੇ ਪਿਓ ਦੇ ਕਾਤਲ ਨੇ, ਅਤੇ ਅੱਜ ਆਪਣੇ ਪਿਓ ਦੇ ਕਾਤਲਾਂ ਨਾਲ ਹੱਥ ਮਿਲਾ ਰਹੇ ਆ। ਇਹਨੂੰ ਕਿੰਨੀ ਕਸੂਲ ਦੀ ਰਾਜਨੀਤੀ ਆਪਾਂ ਕਹਿ ਸਕਦੇ ਹਾਂ। ਜਾਗਰਤੀ ਲੈ ਕੇ ਲਈ ਗੁਰਦਾਸਪੁਰ ਸੇ ਵਿੱਕੀ ਮਲਿਕ ਕੀ ਰਿਪੋਰਟ।